ਸਾਡੇ ਕਿਸਾਨ ਵੀਰ ਝੋਨਾ ਕੱਟਣ ਤੋਂ ਬਾਅਦ ਉਹਨਾਂ ਨੂੰ ਅੱਗ ਲਾਉਣੀ ਪੈਂਦੀ ਹੈ ਕਿਉਂਕਿ ਪਰਾਲੀ ਦਾ ਕੋਈ ਹੱਲ ਨਹੀਂ ਹੈਗਾ। ਪਰ ਸੁਪਰ ਸੀਡਰ ਦੇ ਨਾਲ ਬਿਨਾਂ ਪਰਾਲੀ ਨੂੰ ਅੱਗ ਲਾਏ ਉਹਦੇ ਵਿੱਚ ਹੀ ਕਣਕ ਦੀ ਜਿਹੜੀ ਬਿਜਾਈ ਕੀਤੀ ਜਾ ਸਕਦੀ ਹੈ। ਇਹਦੀ ਬਹੁਤ ਜ਼ਿਆਦਾ ਡਿਮਾਂਡ ਹੈ। ਇਹਦਾ ਮਤਲਬ ਇਹ ਹੈ ਕਿ ਕਿਸਾਨ ਵੀਰ ਆਪ ਚਾਹੁੰਦੇ ਨੇ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ। ਸਾਡੇ ਕੋਲ ਟੋਟਲ 2300 ਤੋਂ ਵੱਧ ਐਪਲੀਕੇਸ਼ਨ ਆਈਆਂ ਨੇ ਜਿਹਦੇ ਵਿੱਚ ਕਿਸਾਨਾਂ ਨੇ ਸੁਪਰ ਸੀਡਰ ਦੀ ਸਬਸਿਡੀ ਦੀ ਮੰਗ ਕੀਤੀ ਹੈ। ਅਸੀਂ 121 ਪਹਿਲੇ ਦੌਰ 'ਚ ਕੱਢੇ ਸੀਗੇ, 91 ਉਸ ਦੂਜੇ ਦੌਰ ਦੇ ਵਿੱਚ, ਅਤੇ ਅੱਜ ਅਸੀਂ 206 ਜਨਰਲ ਕੈਟਾਗਰੀ ਵਾਸਤੇ ਟੋਟਲ 418 ਸੁਪਰ ਸੀਡਰ ਅਸੀਂ ਦਿੱਤੇ ਨੇ। ਇਸ ਤੋਂ ਇਲਾਵਾ 7 ਅਸੀਂ ਸੁਪਰ ਸੀਡਰ ਹੋਰ ਦਿੱਤੇ ਨੇ ਜਿਹੜੇ ਕਿ SC ਕੈਟਾਗਰੀ ਨੇ। ਟੋਟਲ ਸਾਡੇ 425 ਜਿਹੜੇ ਸੁਪਰ ਸੀਡਰ ਜਿਹੜੇ ਅਸੀਂ ਅੱਜ ਕਰ ਦਿੱਤੇ ਨੇ। ਇਹ ਜਿਹੜੀ ਸਿਲੈਕਸ਼ਨ ਹੈ ਸਾਡੇ ਲਾਭਪਾਤਰੀਆਂ ਦੀ, ਅਸੀਂ ਬਿਲਕੁਲ ਪਾਰਦਰਸ਼ਤਾ ਦੇ ਨਾਲ ਲੱਕੀ ਡਰਾ ਕੱਢ ਕੇ ਕੀਤੀ ਹੈ, ਔਰ ਸਾਰੀ ਵੀਡੀਓ ਰਿਕਾਰਡਿੰਗ ਹੋਈ ਹੈ ਹਰ ਚੀਜ਼ ਦੀ। ਮੰਤਵ ਇੱਕੋ ਹੀ ਹੈ ਕਿ ਜਿਹੜੀ ਸਕੀਮ ਦਾ ਲਾਭ ਹੈ ਉਹ ਹਰ ਇੱਕ ਬੰਦੇ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਮਿਲ ਸਕੇ, ਬਿਨਾਂ ਕਿਸੇ ਸਿਫਾਰਿਸ਼ ਤੋਂ ਮਿਲ ਸਕੇ। ਹੁਣ ਮੈਂ ਇੱਕੋ ਅਪੀਲ ਕਰਾਂਗਾ ਕਿਸਾਨ ਵੀਰਾਂ ਨੂੰ ਕਿ ਆਪਾਂ ਇਸ ਵਾਰੀ ਆਪਣੀ ਪਰਾਲੀ ਨੂੰ ਅੱਗ ਨਾ ਲਾਈਏ, ਸਗੋਂ ਉਹਦੀ ਰਹਿਣ ਖੁੰਹਦ ਵਿੱਚ ਸਮਾ ਦੇਈਏ, ਔਰ ਜਿਹੜੀ ਬਿਜਾਈ ਦਾ ਕੰਮ ਹੈ ਉਹ ਸੁਪਰ ਸੀਡਰ ਨਾਲ ਕਰੀਏ, ਤਾਂ ਕਿ ਅਸੀਂ ਆਪਣੇ ਪਿੰਡ ਦੀ, ਆਪਣੇ ਜ਼ਿਲ੍ਹੇ ਦੀ ਅਤੇ ਆਪਣੇ ਸ਼ਹਿਰ ਦੀ ਜਿਹੜੀ ਪ੍ਰਦੂਸ਼ਣ ਹੈ ਉਹਨੂੰ ਰੋਕ ਸਕੀਏ। ਪ੍ਰਦੂਸ਼ਣ ਇੱਕ ਮਨੁੱਖਤਾ ਲਈ ਅਪਰਾਧ ਹੈ। ਸਾਡੇ ਫੇਫੜੇ ਖਰਾਬ ਹੋ ਜਾਂਦੇ ਨੇ, ਜਿਹੜੇ ਲੋਕ ਸਾਹ ਦੇ ਸ਼ਿਕਾਇਤ ਹੁੰਦੀ ਹੈ, TB ਦੇ ਮਰੀਜ਼ ਹੁੰਦੇ ਨੇ ਜਾਂ ਦਮੇ ਦੇ ਮਰੀਜ਼ ਹੁੰਦੇ ਨੇ, ਉਹਨਾਂ ਵਾਸਤੇ ਤਾਂ ਬਹੁਤ ਘਾਤਕ ਹੁੰਦਾ। ਸੋ ਇਸ ਲਈ ਆਪਾਂ ਕਿਸੇ ਵੀ ਜੀਵ ਜੰਤੂ ਦਾ ਨੁਕਸਾਨ ਨਾ ਕਰੀਏ। ਜਿਹੜੀ ਬਨਸਪਤੀ ਉਹ ਵੀ ਜਲ ਜਾਂਦੀ ਹੈ, ਫੋਰ ਐਗਜ਼ਾਮਪਲ ਜਿਹੜੇ ਦਰਖਤ ਲੱਗੇ ਹੁੰਦੇ ਨੇ ਖੇਤਾਂ ਦੇ ਨਾਲ, ਉਹਨਾਂ ਨੂੰ ਵੀ ਅੱਗ ਲੱਗ ਜਾਂਦੀ ਹੈ। ਸੋ ਮੈਂ ਕਿਸਾਨ ਵੀਰਾਂ ਨੂੰ ਇੱਕੋ ਬੇਨਤੀ ਕਰਾਂਗਾ ਕਿ ਜੋ ਇਹ ਮਸ਼ੀਨਰੀ ਦਿੱਤੀ ਜਾ ਰਹੀ ਹੈ ਇਹਦਾ ਲਾਭ ਉਠਾਓ, ਔਰ ਆਪਾਂ ਇਸ ਵਾਰੀ ਇਹ ਪ੍ਰਣ ਕਰੀਏ ਜਿਵੇਂ ਪੰਜਾਬ ਸਰਕਾਰ ਨੇ ਜੰਗ ਛੇੜੀ ਹੈ ਪਰਾਲੀ ਦੀ ਅੱਗ ਦੇ ਖਿਲਾਫ਼, ਉਹ 'ਚ ਹਿੱਸਾ ਪਾਈਏ ਔਰ ਕੋਸ਼ਿਸ਼ ਕਰੀਏ ਕਿ ਆਪਣੇ ਜ਼ਿਲ੍ਹੇ ਦੇ ਵਿੱਚ 0 ਇਹਦੀ ਅੱਗਾਂ ਲੱਗਣ ਦੀ ਘਟਨਾ ਵਾਪਰ।